ਜਿਹਦੇ ਨਾਲ ਬੱਚੀ ਬਾਹਰ ਜਾਂਦੀ ਹੈ ਟਾਈਮ ਨਾਲ ਵਾਪਸ ਆਉਂਦੀ ਉਹ ਜ਼ਰੂਰੀ ਹੈ। ਬਾਹਰ ਆਹ ਵੀ ਅਗਲੇ ਨੂੰ ਕਹਿੰਦੇ ਘੰਟੇ ਬਾਅਦ ਵਾਪਸ ਆ ਜਾ ਕਿੰਨੇ ਘੰਟੇ ਹੁੰਦੇ ਨੇ ਉੱਤੇ ਤੇਰੇ ਕੋ ਪਾਣੀ ਇੱਥੇ ਹੀ ਆ ਕੇ ਸੋਜਾਂ ਪੈਂਦੀਆਂ ਨੇ ਚੰਗੀਆਂ ਭੁੱਲੀਆਂ ਪਲੇਨ ਹੁੰਦੀਆਂ ਕਰੋ ਇੱਥੇ ਆ ਕੇ ਵੱਡੀ ਪਤਕ ਬਣ ਜਾਂਦੀਆਂ झोली की बह जा सारी कंदी नसल पुरानी ट्रेन तरह आउंदी जाओ छत ते वेखो जाके नहा नू के शायद बाल सटांदी होवे पुरानी औरतां दा हूं पिछे टूटी पिछे वेख तेरी ते कंध पता नहीं कदों दी टूटी सालिए किते भी नहीं है मुबारक हो तिना छित्र ने क्योंकि सेठ साहब के उठन का टाइम हो गया ते उन्हां दी वड्डी बेटी नहीं लभ रही तेरी भैन तू ते ख्याल करया करो दा घर लंघ जा लंघ जा किसी की झोली की बह जा सारी कंदी नसल की पुरानी ट्रेन तरह आउंदी जिंज तू वेख्या नजर आना चौबी घंटे अखा पर रौला साले एक आ रहा जमान पा रहा ਜਿਹੜਾ ਆਰਾਮ ਕਰਤਾ ਉਹਨੂੰ ਜੇ ਪਟਿਓ ਸਾਲਿਓ ਐਡਾ ਜ਼ਰੂਰੀ ਮੈਨੂੰ ਖਾ ਪਾਉਣਾ ਸੀ ਜ਼ਿਲਮ ਤੋਂ ਖਾਤਾ ਮੈਨੂੰ ਬਗੈਰ ਤੇ ਹੁਣ ਤੇ ਕੀ ਹੋਇਆ ਜੀ ਆ ਸਰ ਮਸਲਾ ਬਣ ਗਿਆ ਸਰ ਮਸਲਾ ਜੀ ਉਦੋਂ ਦਾ ਬਣਿਆ ਜਦੋਂ ਤੇਰੀ ਮਾਂ ਨੇ ਤੈਨੂੰ ਜੰਮਿਆ ਉਦੋਂ ਦਾ ਬਣਿਆ ਉਤੋਂ ਥਾਲੇ ਤੂੰ ਕੋ ਮੇਰੀ ਬਣ ਉਹ ਸੇਠ ਸਾਹਿਬ ਮੇਰਾ ਮਸਲਾ ਨਹੀਂ ਤੁਹਾਡਾ ਮਸਲਾ ਹੈ ਇਸ ਤੋਂ ਅੱਗੇ ਕੀ ਮਸਲਾ ਬਣੇਗਾ ਤੇ ਬੇੜੇ ਘਰ ਕੋਈ ਨਹੀਂ ਪੈਂਦਾ ਇਸ ਤੋਂ ਅੱਗੇ ਮਸਲਾ ਹੁੰਦਾ ਕਿ ਨਾ ਕੋਈ ਘਰ ਦਾ ਮਸਲਾ ਕਰੋ ਕਰੀ ਇਹੀ ਮਸਲਾ ਤੇਰੇ ਕੋ ਮਸਲਾ ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ ਤੁਸੀਂ ਮੈਨੂੰ ਸਮਝਾ ਨਹੀਂ ਰਹੇ ਹੋਇਆ ਕੀ ਤੁਹਾਡੀ ਬੇਟੀ ਨਹੀਂ ਸ਼ਬਾਨਾ ਹਾਂ ਰੋਜ਼ਾਨਾ ਕੀ ਹੈ ਸ਼ਬਾਨਾ ਸ਼ਬਾਨਾ ਤੁਹਾਡੀ ਬੇਟੀ ਆਹੋ ਨਹਾ ਰਹੀ ਸੀ ਉਹ ਤੇ ਬੇਟਾ ਰੂਟੀਨ ਮੈਟਰ ਹੈ ਅਗਲੀ ਗੱਲ ਕਰ ਨਾਂਦੀ ਨਾਂਦੀ ਵਾਸ਼ਰੂਮ ਚੋਂ ਗਾਇਬ ਹੋ ਗਈ ਸਮਝ ਨਹੀਂ ਆ ਰਹੀ ਗਈ ਕਿੱਥੇ ਪੂਰਾ ਘਰ ਛੱਤ ਕੋਠਾ ਇਹ ਉਹ ਮੈਂ ਠਹਿਰ ਜਾ ਮੈਨੂੰ ਮਿਊਜ਼ਿਕ ਦੇ ਲਾ ਦੇ ਡੜ ਡੜ ਹੈ ਬਾਕੀ ਗਾਇਬ ਹੋ ਗਈ ਹਾਂ ਜੀ ਨਾਂਦੀ ਗਾਇਬ ਹੋ ਗਈ ਨਾਂਦੀ ਗਾਇਬ ਹੋ ਗਈ ਦੋਵਾਂ ਨੂੰ ਭੇਜਿਆ ਨਹੀਂ ਲੱਭੀ ਗੌਰ ਨਾਲ ਵੇਖਿਆ ਕੱਲੀ ਸੀ अगे पिछे तो साबण गायब हुंदा सी अज आप हो गई है ओ कर च वेखा कौर नाल हर पासे वेखा जी कौर नाल लाल दे के कुड़ी है छत वेखा छत भी वेखा हीरा मंडी भी वेखन जावांगा जे तू घर गया ना छुट्टी लैके मैं लत्त बन लेनी बगैर तेन हो कमरे भी वेख्या जी ओने वेख्या ओने दसिया नहीं मुड़ के रोई ना मेरा हादसा निकल जाना खुदा नहीं खुद है क्या बात एक नंबर छोटा लै ला कर की स्यापा ब्याह ਕਿੱਥੇ ਗਈ ਜੀ ਕੁੜੀ ਹੱਸਦੀ ਉੱਤੋਂ ਲਿਪਸ ਉਧਰੋਂ ਹਲਾਉਂਦੀ ਅੱਬਾ ਜੀ ਸਾਰਾ ਘਰ ਵੇਖੇ ਨਹੀਂ ਹੈ ਅੱਬਾ ਜੀ ਹੈ ਅੱਬਾ ਜੀ ਕਿਤੇ ਵੀ ਨਹੀਂ ਹੈ ਉਹ ਮੇਰੀ ਧੀ ਜੇ ਹਾਏ ਖੁਦਾ ਦੀ ਕਸਮ ਹੈ ਮੇਰਾ ਇਮਾਨ ਖਰਾਬ ਹੋਣ ਡਿਆ ਤੇ ਕੀ ਪਾਉਂਦੀਆਂ ਜੀ ਤੁਸੀਂ ਪਤਾ ਨਹੀਂ ਜੀ ਘਰੋਂ ਵੇਲੀਆਂ ਆਉਂਦੀਆਂ ਇੱਥੇ ਹੀ ਆ ਕੇ ਸੋਜਾਂ ਪੈਂਦੀਆਂ ਨੇ ਚੰਗੀਆਂ ਭੁੱਲੀਆਂ ਪਲੇਨ ਹੁੰਦੀਆਂ ਕਰੋ ਇੱਥੇ ਆ ਕੇ ਵੱਡੀ ਪਤਕ ਬਣ ਜਾਂਦੀਆਂ ਨੇ ਤੀਜ ਮੇਰੀ ਵੇ ਅਲਾਮੇ ਵਧੀ ਜਾਂਦੇ ਕੱਟ ਕੱਟੀ ਜਾਂਦਾ ਪੂਰੀਆਂ ਸਰਦੀਆਂ ਲੰਘ ਗਈਆਂ ਕਿਉਂਕਿ ਨਿਕਲ ਜਾ ਕਿਸੇ ਦਾ ਖਾਣਾ ਖਰਾਬ ਹੋਈ ਪੁੱਤਰੇ
ਕਿੰਨਾ ਮਰਜ਼ੀ ਦੌੜ ਤੇਰੇ ਪਿਓ ਦਾ ਹੁਣ ਕਹਿੰਦਾ ਮੂੰਹ ਕਾਲਾ ਖੈਰ ਹੈ ਬੋਸ ਮੈਂ ਤੁਹਾਡੀ ਵਾਪਸੀ ਕਰਾਉਣੀ ਮੈਨੂੰ ਨਹੀਂ ਚਾਹੀਦਾ दो जम के जानी ਸਨ 65 ਤੇ ਇਹਨੇ ਬੜੇ ਬੰਦੇ ਕਮਜ਼ੋਰ ਕੀਤੇ ਹੋਣੇ ਬੌਸ ਕੀ ਤੁਸੀਂ ਸਾਡੇ ਚ ਨੁਕਸ ਕੱਢੀ ਜਾ ਰਹੇ ਹੋ ਸਾਡੇ ਕੱਢੀ ਜਾ ਰਹੇ ਹੋ ਆਪਣੀ ਬੀਵੀ ਨੂੰ ਪੁੱਛਣਾ ਇਹਨਾਂ ਦੂਜਾ ਵਿਆਹ ਕੀਤਾ ਜਵਾਨ ਕੁੜੀ ਨਾਲ ਉਹਦਾ ਫਰਜ਼ ਨਹੀਂ ਬਣਦਾ ਧਿਆਨ ਰੱਖਣਾ ਐ ਆਹ ਗੱਡੀ ਦੀ ਮਰਜ਼ੀ ਉਹਨੂੰ ਬੁਲਾ ਕੇ ਪੁੱਛੋ ਤੂੰ ਬੁਲਾ ਮੈਂ ਤਾਂ ਬੁਲਾਉਂਦਾ ਨਹੀਂ ਉਹਨੂੰ ਬੁਲਾ ਬੇਗਮ ਜਾਨ ਇਹ ਮੇਰੇ ਵੱਲੋਂ ਕਹਿੰਦਾ ਤੇਰੀ ਭੈਣ ਨੂੰ ਖਾਇਆ ਨਖੱਟੀ ਦੀ ਆ ਵੇ ਮੈਂ ਕਹਿੰਦਾ ਓਕੇ ਐ ਜਾਨ ਹੈ ਤੁਹਾਡੇ ਵੱਲੋਂ ਅੰਮੀ ਜਾਣ ਕੇ ਅੰਮੀ ਜਾ ਹੰਦਰਾ ਐ ਅਮੀ ਜਾਨ ਸੇਠ ਦੀ ਇੱਧਰ ਆ ਜਾਓ ਮੱਝਾਂ ਲੈ ਕੇ ਇੱਧਰ ਆ ਜਾਓ ਕੁੜੀ ਘਰੋਂ ਨਿਕਲ ਗਈ ਵੇ ਗੁੱਜੜਾ ਕੁੜੀ ਸਵੇਰ ਦੀ ਕਿਹਾ ਮੰਗੀ ਚਲੋ ਨਹਾਉਂਦੀ ਨਹਾਉਂਦੀ ਖਾਨਾ ਖਰਾਬ ਦੀ ਪੁੱਤਰੇ ਪਤਾ ਹੈ ਕਿਤੇ ਨਹੀਂ ਮੈਨੂੰ ਕੀ ਪਤਾ ਹੋਏ ਆਹ ਤੈਨੂੰ ਕੀ ਪਤਾ ਮੇਕਅਪ ਨੇ ਮੱਤ ਮਾਰੀ ਤੈਨੂੰ ਕੀ ਪਤਾ ਤੁਹਾਡੇ ਦੋਵਾਂ ਮਾਂ ਪੁੱਤਰਾਂ ਕੋਲ ਕੋਈ ਸੇਮਾ ਮੇਰੀ ਮਾਂ ਹੋ ਵੀ ਨਹੀਂ ਸਕਦੀ ਹਾਂਜੀ ਕਿੱਥੇ ਗਈ ਕੁੜੀ ਜੀ ਨੌਕਰ ਆ ਖਿਦਮਤ ਕਰੀ ਦੀ ਬੀਬੀ ਜੀ ਦੀ ਕੁਦਰਤ ਤੈਨੂੰ ਬੰਦਾ ਨੇ ਬੜੀ ਲੰਬੀ ਜ਼ਿੰਦਗੀ ਦੇਣੀ ਤੂੰ ਰੋਲ ਕੇ ਮਰਨਾ ਇਨਸ਼ਾਅੱਲਾ ਤੂੰ ਬਗੈਰਤਿਆ ਬੱਚਿਆ ਹਾਂਜੀ ਇਹ ਪਿਆਰ ਮੁਹੱਬਤ ਲਾਵੋ ਵੀ ਕੰਮ ਹੁੰਦਾ ਕੁੜੀਆਂ ਦਾ ਖਿਆਲ ਰੱਖਣਾ ਸੀ ਕਹੀ ਕਿੱਥੇ ਕੁੜੀ ਮੇਰੀ ਗੱਲ ਸੁਣੋ ਮੈਂ ਸਭ ਖਿਆਲ ਰੱਖਣੀ ਆ ਉਹਨਾਂ ਦੇ ਖਾਣ ਦਾ ਪੀਣ ਦਾ ਮੇਕਅਪ ਦਾ ਸਟੱਡੀ ਦਾ ਕਿਹੜਾ ਖਿਆਲ ਛੜਾ ਮੈਂ ਨਹੀਂ ਰੱਖਦੀ ਉਹ ਜ਼ਰੂਰੀ ਸੀ ਜਿਹਦੇ ਨਾਲ ਬੱਚੀ ਬਾਹਰ ਜਾਂਦੀ ਹੈ ਟਾਈਮ ਨਾਲ ਵਾਪਸ ਆਉਂਦੀ ਉਹ ਜ਼ਰੂਰੀ ਹੈ ਬਾਹਰ ਆ ਵੀ ਅਗਲੇ ਨੂੰ ਕਹਿੰਦੇ ਘੰਟੇ ਬਾਅਦ ਵਾਪਸ ਆ ਜਾ ਕਿੰਨੇ ਘੰਟੇ ਹੁੰਦੇ ਨੇ